ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਗੱਲ ਕਰਨ ਜਾ ਰਹੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੰਬੰਧਿਤ ਜਿੰਨੇ ਵੀ ਵਿਦਿਆਰਥੀ ਨੇ ਵੈਸੇ ਆਪਾਂ ਗ੍ਰੈਜੂਏਸ਼ਨ ਕਰ ਰਹੇ ਵਿਦਿਆਰਥੀਆਂ ਦੀ ਗੱਲ ਕਰ ਰਹੇ ਆ ਜਿਹੜੇ ਕਿ ਅੰਡਰਗ੍ਰੈਜੂਏਟ ਨੇ ਸੋ ਦੋਸਤੋ ਇਹਨਾਂ ਦੇ ਜਿੰਨੇ ਵੀ ਕੋਰਸ ਉੱਥੇ ਤੁਹਾਨੂੰ ਪ੍ਰੋਵਾਈਡ ਕਰਵਾਏ ਜਾਂਦੇ ਨੇ ਆਪਾਂ ਵੈਸੇ ਸੈਕੰਡ ਸੈਮੈਸਟਰ ਵਾਲੇ ਸਟੂਡੈਂਟ ਦੀ ਗੱਲ ਕਰ ਰਹੇ ਆ ਕਿ ਭਾਵੇਂ ਉਹ ਬੀਐਸਸੀ ਕਰ ਰਿਹਾ ਹੋਵੇ ਜਾਂ ਫਿਰ ਬੀਏ ਕਰ ਰਿਹਾ ਹੋਵੇ ਜਾਂ ਫਿਰ ਬੀਐਸਸੀ ਕਰ ਰਿਹਾ ਵਿਦਿਆਰਥੀ ਹੋਵੇ ਉਹਨਾਂ ਦੇ ਜਿਹੜੇ ਐਗਜ਼ਾਮ ਨੇ ਜੀ ਉਹ ਕੰਡਕਟ ਕਰਵਾਏ ਜਾ ਰਹੇ ਨੇ ਇੱਕ ਐਗਜ਼ਾਮ ਹੈ ਜੀ ਆਨਲਾਈਨ ਕੰਡਕਟ ਕਰਵਾਏ ਜਾਣਗੇ ਤੇ ਇਹ ਜਿਹੜੇ ਐਗਜ਼ਾਮ ਨੇ ਜੀ ਇਹ 1 ਜੁਲਾਈ 2021 ਤੋਂ ਇਹ ਜਿਹ ਇਹ ਵੀ ਤੁਹਾਨੂੰ ਬਹੁਤ ਹੀ ਛੇਤੀ ਪ੍ਰੋਵਾਈਡ ਕਰਵਾ ਦਿੱਤੀ ਜਾਏਗੀ ਤੁਸੀਂ ਇਹਨਾਂ ਡੈਡ ਸ਼ੀਟਾਂ ਨੂੰ ਇਹਨਾਂ ਦੀ ਜਿਹੜੀ ਵੈਬਸਾਈਟ ਹੈ ਯੂਨੀਵਰਸਿਟੀ ਵਾਲੀ ਉੱਥੇ ਚੈੱਕ ਕਰ ਸਕਦੇ ਹੋ ਤੇ ਇਹ ਜਿਹੜੀ ਨੋਟੀਫਿਕੇਸ਼ਨ ਹੈ ਇਹ ਜਿਹੜੇ ਵੀ ਰੈਗੂਲਰ ਵਿਦਿਆਰਥੀ ਨੇ ਪ੍ਰਾਈਵੇਟ ਵਿਦਿਆਰਥੀ ਨੇ ਡਿਸਟੈਂਸ ਐਜੂਕੇਸ਼ਨ ਵਾਲੇ ਵਿਦਿਆਰਥੀ ਨੇ ਇਹ ਤਿੰਨਾਂ ਲਈ ਬਹੁਤ ਹੀ ਜ਼ਿਆਦਾ ਯੂਸਫੁਲ ਹੈ ਤੇ ਇਹ ਜਿਹੜੀ ਨੋਟੀਫਿਕੇਸ਼ਨ ਹੈ ਜੀ ਤੁਹਾਡੇ ਹਿੱਤ ਲਈ ਹੀ ਜਾਰੀ ਕੀਤੀ ਗਈ ਹੈ ਤੇ ਦੋਸਤੋ ਹੋਰ ਵੀ ਜਿਹੜੀ ਖਬਰ ਆਉਂਦੀ ਹੈ ਵੀ ਮੈਂ ਤੁਹਾਨੂੰ ਉਹਦੇ ਲਈ ਵੀ ਜਿਹੜੀ ਅਪਡੇਟਸ ਹੈ ਮੈਂ ਤੁਹਾਨੂੰ ਇਸ ਚੈਨਲ ਦੇ ਥਰੂ ਪ੍ਰੋਵਾਈਡ ਕਰਾ ਦੂੰਗਾ ਸੋ ਉਹਦੇ ਲਈ ਤੁਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਵੇਗਾ ਤੇ ਇਸ ਵੀਡੀਓ ਨੂੰ ਲਾਈਕ ਵੀ ਕਰਨਾ ਪਵੇਗਾ ਤੇ ਦੋਸਤੋ ਜੇਕਰ ਤੁਸੀਂ ਆਪਣੇ ਚੈਨਲ ਦੀ ਕੋਈ ਵੀਡੀਓ ਨੂੰ ਮਿਸ ਨਹੀਂ ਕਰਨਾ ਚਾਹੁੰਦੇ ਕਿ ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰਾਂ ਤੇ ਤੁਹਾਨੂੰ ਜਿਹੜੀ ਨੋਟੀਫਿਕੇਸ਼ਨ ਹੈ ਉਹ ਮਿਲ ਜਾ ਕਰੇ ਸੋ ਉਹਦੇ ਲਈ ਤੁਹਾਨੂੰ ਜਿਹੜਾ ਆਪਣੇ ਚੈਨਲ ਤੇ ਜਿਹੜਾ ਬੈਲ ਆਈਕਨ ਹੁੰਦਾ ਹੈ ਤੁਹਾਨੂੰ ਉਹ ਵੀ ਪ੍ਰੈਸ ਕਰਨਾ ਪਵੇਗਾ ਜੇਕਰ ਦੋਸਤੋ ਤੁਹਾਨੂੰ ਵੀਡੀਓ ਹੈਲਪਫੁਲ ਲੱਗੀ ਹੋਵੇ ਤੇ ਆਪਦੇ ਦੋਸਤਾਂ ਤੱਕ ਇਹਨੂੰ ਜ਼ਰੂਰ ਪਹੁੰਚਾ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਸੋ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੋਡ ਬੈ